ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਫੌਕਸ ਪੰਜਾਬੀ ਦੇ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੀ ਹਾਂ ਸੋ ਦੋਸਤੋ ਸਿੱਖੀ ਸਰੂਪ ਦੇ ਵਿੱਚ ਸੱਜੇ ਹੋਏ ਇੱਕ ਅਜਿਹੇ ਵਿਅਕਤੀਤਵ ਨਾਲ ਤੁਹਾਨੂੰ ਮਿਲਾਉਣ ਜਾ ਰਿਹਾ ਹਾਂ ਜਿਨ੍ਹਾਂ ਨੇ ਸਿੱਖੀ ਦੀ ਸੰਭਾਲ ਵਾਸਤੇ ਜਿਹੜਾ ਹੈ ਆਪਣਾ ਪੂਰਾ ਜੀਵਨ ਲਾ ਦਿੱਤਾ ਸੋ ਦੋਸਤੋ ਚੱਲੇ ਹਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਗਰ ਗੱਲ ਕੀਤੀ ਜਾਵੇ ਤੁਹਾਡੇ ਇਸ ਸਫ਼ਰ ਦੀ ਤੇ ਸਫ਼ਰ ਦੀ ਸ਼ੁਰੂਆਤ ਕਿੱਥੋਂ ਹੋਈ ਸਿੱਖੀ ਨਾਲ ਜੁੜੇ ਹੋਏ ਨੂੰ ਤਾਂ ਕਾਫੀ ਟਾਈਮ ਹੋ ਗਿਆ ਬਚਪਨ ਤੋਂ ਹੀ ਮੇਰਾ ਸਿੱਖ ਧਰਮ 'ਚ ਜਿਸ ਸਮੇਂ ਸਿੱਖੀ ਪਰਿਵਾਰ ਵਿੱਚ ਹੀ ਜਨਮ ਲਿਆ ਹੋਇਆ ਔਰ ਬਚਪਨ ਤੋਂ ਹੀ ਗੁਰਬਾਣੀ ਨਾਲ ਜੁੜੇ ਹੋਏ ਸੀ ਵੱਡੇ ਹੋਣ ਤੋਂ ਬਾਅਦ ਬੜਾ ਮਨ 'ਚ ਚਾਹ ਸੀ ਗੁਰੂ ਨਾਲ ਜੁੜਨ ਦਾ ਅਤੇ ਅੰਮ੍ਰਿਤ ਦੀ ਪਾਹੁਲ ਲਈ ਔਰ ਗੁਰੂ ਵਾਲੇ ਬਣ ਗਏ ਲੇਕਿਨ ਜਦੋਂ ਵੀ ਅਸੀਂ ਗੁਰਦੁਆਰਾ ਸਾਹਿਬ ਜਾਈਦਾ ਸੀ ਅਤੇ ਮੇਨ ਸਿੱਖੀ ਦੀ ਜੋ ਮਰਿਆਦਾ ਹੈ ਜੋ ਤੁਹਾਨੂੰ ਇਹ ਬਾਣਾ ਦਿਖ ਰਿਹਾ ਮੇਨ ਤਾਂ ਮਰਿਆਦਾ ਇਹੋ ਹੀ ਹੈ ਲੇਕਿਨ ਅੱਜ ਕੱਲ੍ਹ ਦੀਆਂ ਲੜਕੀਆਂ ਜੋ ਕਹਿੰਦੀਆਂ ਇਹ ਬਾਣਾ ਲੱਗਦਾ ਤਾਂ ਬਹੁਤ ਸੋਹਣਾ ਬਟ ਇਹਦੇ ਵਿੱਚ ਅੱਗੋਂ ਕੋਈ ਓਪਰਚੁਨਿਟੀ ਨਹੀਂ ਹੈਗੀ ਤੇ ਇਸ ਕਰਕੇ ਬੜਾ ਮਨ ਦੁਖੀ ਜਿਹਾ ਹੋਇਆ ਵੀ ਕਿਉਂ ਨਹੀਂ ਹੈਗੀ ਅਸੀਂ ਅਗਰ ਆਪਾਂ ਟਰਾਈ ਨਹੀਂ ਕਰਾਂਗੇ ਜਾਵਾਂਗੇ ਨਹੀਂ ਹੈ ਨਾ ਵਿਸ਼ਵਾਸ ਹੋਣਾ ਚਾਹੀਦਾ ਆਪਣੇ ਮਨ ਨੂੰ ਅਤੇ ਇਸ ਲਈ ਫਿਰ ਮੈਂ ਇਸ ਫੀਲਡ ਵਿੱਚ ਅੱਗੇ ਆਈ ਤਾਂ ਕਿ ਮੈਂ ਅੱਜ ਕੱਲ੍ਹ ਦੇ ਯੂਥ ਨੂੰ ਇੱਕ ਰਸਤਾ ਦਿਖਾ ਸਕਾਂ ਵੀ ਅਸੀਂ ਕਿਸੇ ਵੀ ਲੈਵਲ ਤੱਕ ਜਾ ਸਕਦੇ ਹਾਂ ਅਗਰ ਸਾਡਾ ਰਾਹ ਸਹੀ ਹੋਵੇ ਵਿਸ਼ਵਾਸ ਹੋਵੇ ਤੇ ਮੈਮ ਅਗਰ ਗੱਲ ਕੀਤੀ ਜਾਵੇ ਤੁਸੀਂ ਸਿੱਖ ਫੈਸ਼ਨ ਟੀਵੀ ਦੇ ਬ੍ਰਾਂਡ ਐਂਬੈਸਡਰ ਹੋ ਤੇ ਸਿੱਖ ਹੋ ਕੇ ਇੱਕ ਫੈਸ਼ਨ ਦੀ ਇੰਡਸਟਰੀ ਦੇ ਵਿੱਚ ਵੜਨਾ ਕਾਫੀ ਟਫ ਸੀ ਕਿੰਨੀਆਂ ਕਿ ਮੁਸ਼ਕਲਾਂ ਆਈਆਂ ਹਾਂਜੀ ਬਹੁਤ ਟਫ ਹੁੰਦਾ ਹੈ ਦੇਖੋ ਅਗਰ ਅਸੀਂ ਕਿਸੇ ਅਨਨੋਨ ਪਰਸਨ ਨੂੰ ਮਿਲਦੇ ਹਾਂ ਉਹਦਾ ਸੁਭਾਅ ਜਾਣਨ ਦੇ ਟਾਈਮ ਲੱਗਦਾ ਇਸੇ ਤਰ੍ਹਾਂ ਇੱਕ ਨਵੀਂ ਫੀਲਡ ਨੂੰ ਅਪਣਾਉਣ ਲਈ ਵੀ ਥੋੜ੍ਹਾ ਟਾਈਮ ਲੱਗਦਾ ਲੇਕਿਨ ਹਾਂ ਮੇਰੇ ਤੇ ਵਾਹਿਗੁਰੂ ਦੀ ਇੰਨੀ ਕਿਰਪਾ ਰਹੀ ਕਿਉਂਕਿ ਮੈਂ ਆਪਣੇ ਧਰਮ ਨਾਲ ਆਪਣੇ ਗੁਰੂ ਨਾਲ ਜੁੜੀ ਹੋਈ ਸੀ ਚੰਗੀ ਤਰ੍ਹਾਂ ਤੇ ਉਹਨਾਂ ਨੇ ਮੈਨੂੰ ਵੀ ਬੜਾ ਰੱਖਿਆ ਅਤੇ ਫੈਸ਼ਨ ਇੰਡਸਟਰੀ ਵਿੱਚ ਹੋਣ ਦੇ ਬਾਵਜੂਦ ਵੀ ਮੈਂ ਹਮੇਸ਼ਾ ਆਪਣੇ ਸਿੱਖੀ ਕਲਚਰ ਨੂੰ ਪ੍ਰਮੋਟ ਕੀਤਾ ਜਿੱਥੇ ਇੱਕ ਪਾਸੇ ਲੜਕੀਆਂ ਡਾਂਸ ਕਰਦੀਆਂ ਸੀ ਜਾਂ ਗੀਤ ਗਾਉਂਦੀਆਂ ਸੀ ਉੱਥੇ ਮੈਂ ਸ਼ਬਦ ਜਾਂ ਗੱਤਕਾ ਕੀਤਾ ਐਕਟਿੰਗ ਕੀਤੀ ਔਰ ਐਕਟਿੰਗ ਵਿੱਚ ਵੀ ਮੈਂ ਸਿਰਫ ਇੱਕ ਮੈਸੇਜ ਦੇਣਾ ਚਾਹੁੰਦੀ ਸੀ ਇੱਕ ਅੱਜ ਕੱਲ੍ਹ ਦੇ ਯੂਥ ਨੂੰ ਅੱਜ ਕੱਲ੍ਹ ਦੀ ਜਨਰੇਸ਼ਨ ਦਾ ਜੋ ਹੋ ਰਿਹਾ ਲੇਡੀਜ਼ ਦਾ ਜੋ ਅੱਜ ਕੱਲ੍ਹ ਕ੍ਰਾਈਮ ਚੱਲ ਰਿਹਾ ਲੇਡੀਜ਼ ਦੇ ਨਾਲ ਜਾਂ ਅੱਜ ਕੱਲ੍ਹ ਦਾ ਯੂਥ ਜਿਹੜਾ ਗਲਤ ਸਾਈਡ ਤੇ ਜਾ ਰਿਹਾ ਉਹਨਾਂ ਦੇ ਰੀਜ਼ਨ ਨੂੰ ਦੱਸਣਾ ਜਾਂ ਉਹਨਾਂ ਨੇ ਇੱਕ ਰਸਤਾ ਦਿਖਾਉਣਾ ਮੇਰਾ ਇਹੀ ਮੋਟਿਵ ਸੀ ਔਰ ਮੈਂ ਇਹੀ ਦੱਸਾਇਆ ਗੱਲ ਕੀਤੀ ਜਾਵੇ ਅੱਜ ਦਾ ਨੌਜਵਾਨ ਜਿਹੜਾ ਆ ਦਿਨ ਪ੍ਰਤੀ ਦਿਨ ਨਸ਼ੇ 'ਚ ਜਾ ਰਿਹਾ ਆ ਅਗਰ ਦੂਸਰੀ ਗੱਲ ਕੀਤੀ ਜਾਵੇ ਤਾਂ ਬਹੁਤ ਸੇ ਨੌਜਵਾਨ ਹੈ ਜਿਹੜੇ ਹੈਗੇ ਆ ਸਿੱਖੀ ਸਰੂਪ ਜਿਹੜਾ ਹੈਗਾ ਵਾਲ ਕਟਾ ਲੈਂਦੇ ਆ ਕਾਰਨ ਕੀ ਮੰਨਦੇ ਹੋ ਦੇਖੋ ਅਸੀਂ ਜੇ ਕਹੀਏ ਤਾਂ ਸ਼ੁਰੂਆਤ ਘਰ ਤੋਂ ਹੀ ਹੁੰਦੀ ਹੈ ਕਿਉਂਕਿ ਆਪਣੇ ਜਿਹੜੇ ਪੇਰੈਂਟਸ ਹੁੰਦੇ ਸਭ ਤੋਂ ਪਹਿਲੇ ਸਾਡੇ ਗੁਰੂ ਹੁੰਦੇ ਨੇ ਔਰ ਸਭ ਤੋਂ ਪਹਿਲਾਂ ਸਕੂਲ ਸਾਡਾ ਘਰ ਹੁੰਦਾ ਬੱਚੇ ਜੋ ਸਿੱਖਦੇ ਨੇ ਆਪਣੇ ਸਕੂਲ ਤੋਂ ਸਿੱਖਦੇ ਨੇ ਆਪਣੇ ਪੇਰੈਂਟਸ ਤੋਂ ਸਿੱਖਦੇ ਨੇ ਅਗਰ ਪੇਰੈਂਟਸ ਆਪਣੀ ਸਿੱਖੀ ਨਾਲ ਆਪਣੇ ਸੰਸਕਾਰਾਂ ਨਾਲ ਜੁੜੇ ਨੇ ਤੇ ਨੈਚੁਰਲੀ ਇਹ ਵੀ ਬੱਚਾ ਵੀ ਅੱਗੋਂ ਉਸੇ ਤਰ੍ਹਾਂ ਹੀ ਜੁੜਿਆ ਰਹੇਗਾ ਜਿਵੇਂ ਇਹ ਮੇਰੀ ਕੋਸ਼ਿਸ਼ ਹੈ ਵੀ ਅੱਜ ਦਾ ਯੂਥ ਜੇ ਅਗਰ ਅੱਜ ਦਾ ਯੂਥ ਹੀ ਕੋਸ਼ਿਸ਼ ਕਰੇ ਅੱਜ ਦੀ ਲੜਕੀ ਹੀ ਕੋਸ਼ਿਸ਼ ਕਰੇ ਕਿ ਉਹ ਚੰਗੀ ਇੱਕ ਸਿੱਖਣੀ ਬਣ ਜਾਵੇ ਚੰਗੇ ਸਿੱਖ ਧਰਮ ਨਾਲ ਜੁੜ ਜਾਵੇ ਹੈ ਨਾ ਵਿਸ਼ਵਾਸ ਹੋ ਜਾਏ ਉਹਨੂੰ ਸਿੱਖ ਧਰਮ ਵਿੱਚ ਤੇ ਅੱਜ ਦੀ ਧੀ ਹੀ ਕੱਲ੍ਹ ਦੀ ਮਾਂ ਹੈ ਤੇ ਉਹ ਅੱਜ ਆਪਣੇ ਬੱਚੇ ਨੂੰ ਵੀ ਕੱਲ੍ਹ ਨੂੰ ਉਹੀ ਸੰਸਕਾਰ ਦੇਵੇਗੀ ਔਰ ਜੋ ਇਹਨਾਂ ਦੇ ਮਨਾਂ ਵਿੱਚ ਗਲਤ ਫਹਿਮੀਆਂ ਨੇ ਵੀ ਸਿੱਖ ਧਰਮ ਵਿੱਚ ਰਹਿ ਕੇ ਅਸੀਂ ਅੱਗੇ ਨਹੀਂ ਜਾ ਸਕਦੇ ਤੇ ਇਹ ਗਲਤ ਫਹਿਮੀ ਹੈ ਜਿਸ ਤਰ੍ਹਾਂ ਮੈਂ ਆਈ ਹਾਂ ਜਿਸ ਤਰ੍ਹਾਂ ਰਸਤਾ ਖੁੱਲ ਚੁੱਕਾ ਹੋਇਆ ਪਹਿਲਾਂ ਸਿਰਫ ਗ੍ਰਾਮਰ ਦੀ ਦੁਨੀਆ ਸੀ ਫੈਸ਼ਨ ਦੀ ਦੁਨੀਆ ਸੀ ਇਸ ਕਰਕੇ ਫੈਸ਼ਨ ਦਾ ਹੀ ਇੱਕ ਰਸਤਾ ਬਣਿਆ ਹੋਇਆ ਸੀ ਲੇਕਿਨ ਹੁਣ ਇੱਕ ਗੁਰਸਿੱਖੀ ਦਾ ਰਸਤਾ ਵੀ ਬਣ ਚੁੱਕਾ ਹੋਇਆ ਕਿਉਂਕਿ ਅੱਜ ਮੇਰੇ ਨੂੰ ਵੀ ਫਿਲਮਸ ਆਫਰ ਹੋ ਰਹੀਆਂ ਮੇਰੇ ਲਈ ਸਪੈਸ਼ਲ ਫਿਲਮਸ ਬਣਾਈਆਂ ਜਾ ਰਹੀਆਂ ਕਿਉਂਕਿ ਪਹਿਲੇ ਨਹੀਂ ਸੀ ਪਤਾ ਕੋਈ ਗੁਰਸਿੱਖ ਲੇਡੀ ਇੰਨੀ ਹਿੰਮਤ ਦਿਖਾ ਸਕਦੀ ਹੈ ਔਰ ਅੱਜ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਹਿੰਮਤ ਆਈ ਹੈ ਔਰ ਦਿਖਾਈ ਵੀ ਹੈ ਔਰ ਰਸਤਾ ਵੀ ਖੁੱਲ ਚੁੱਕਾ ਔਰ ਮੈਂ ਮੋਸਟ ਵੈਲਕਮ ਕਰਾਂਗੀ ਸਭ ਉਹਨਾਂ ਲੜਕੀਆਂ ਦਾ ਜਿਹੜੀ ਸਿੱਖ ਧਰਮ ਨਾਲ ਕਲਚਰ ਨਾਲ ਜੁੜੀਆਂ ਹੋਈਆਂ ਆਪਣੇ ਪ੍ਰੋਪਰ ਸੰਪੂਰਨ ਬਾਣੇ ਵਿੱਚ ਆਓ ਅੱਗੇ ਆਓ ਔਰ ਤੁਹਾਡੇ ਲਈ ਹਰ ਮੌਕਾ ਇੰਤਜ਼ਾਰ ਕਰ ਰਿਹਾ ਹਰ ਤਰ੍ਹਾਂ ਦੀ ਓਪਰਚੁਨਿਟੀ ਇੰਤਜ਼ਾਰ ਕਰ ਰਹੀ ਹੈ ਮੈਂ ਕੀ ਕਾਰਨ ਕਿ ਅੱਜ ਦੀ ਔਰਤ ਦੇ ਸਿਰ ਤੋਂ ਜਿਹੜੀ ਚੁੰਨੀ ਜਿਹੜੀ ਹੈ ਖਿਸਕਦੀ ਜਾ ਰਹੀ ਹੈ ਤੁਸੀਂ ਇਸ ਦੇ ਪਿੱਛੇ ਜਿਹੜੇ ਮੁੱਢਲੇ ਮੇਨ ਕਾਰਨ ਕੀ ਮੰਨਦੇ ਹੋ ਦੇਖੋ ਪਹਿਲਾਂ ਮੈਂ ਉਹੀ ਗੱਲ ਕਹਿ ਚੁੱਕੀ ਨਾ ਇੱਕ ਤੇ ਪੇਰੈਂਟਸ ਹੁੰਦੇ ਆ ਸੈਕਿੰਡ ਬੱਚਿਆਂ ਦਾ ਜੋ ਸਕੂਲ ਹੈ ਅਸੀਂ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਵੱਡੇ ਸਕੂਲ 'ਚ ਪਾਉਣਾ ਚਾਹੁੰਦੇ ਹਾਂ ਉਹਨਾਂ ਨੂੰ ਵੈਸਟਰਨ ਕਲਚਰ ਵਾਲੇ ਸਕੂਲ ਵਿੱਚ ਪਾਉਂਦੇ ਹਾਂ ਮੇਰੇ ਹਿਸਾਬ ਨਾਲ ਸਿੱਖਾਂ ਨੂੰ ਹਮੇਸ਼ਾ ਆਪਣੇ ਕਲਚਰ ਨਾਲ ਜੁੜੇ ਰਹਿਣ ਵਾਸਤੇ ਬੱਚਿਆਂ ਨੂੰ ਉਹਨਾਂ ਦੇ ਸਕੂਲ ਵੀ ਉਸੇ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਜਿੱਥੇ ਉਹਨਾਂ ਨੂੰ ਮੁੱਢਲੀ ਸਿਧਾਂਤ ਦੱਸੇ ਜਾਣ ਸਿੱਖ ਧਰਮ ਬਾਰੇ ਦੱਸਿਆ ਜਾਵੇ ਹੈ ਨਾ ਗੁਰਮਤ ਦੇ ਨਾਲ ਜੋੜਿਆ ਜਾਵੇ ਅਗਰ ਬੱਚੇ ਨੂੰ ਕਲਚਰ ਹੀ ਨਹੀਂ ਉਹ ਦਿੱਤਾ ਜਾਏਗਾ ਬੱਚਾ ਚੁੰਨੀ ਦਾ ਮਤਲਬ ਹੀ ਨਹੀਂ ਪਤਾ ਕਈਆਂ ਕੁੜੀਆਂ ਨੂੰ ਤਾਂ ਚੁੰਨੀ ਹੁੰਦੀ ਕੀ ਹੈ ਜਾਂ ਕਈ ਕੁੜੀਆਂ ਤਾਂ ਕਹਿੰਦੀਆਂ ਹਾਂ ਵੀ ਗਲੇ 'ਚ ਲਪੇਟ ਕੇ ਇੱਕ ਹਿਸਾਬ ਨਾਲ ਔਖਾ ਹੀ ਇਹ ਕੰਮ ਹੈ ਬਟ ਇੱਕ ਤਾਂ ਹੋ ਗਿਆ ਇਹਨੂੰ ਪਰਵਰਿਸ਼ ਕਹਿ ਸਕਦੇ ਸੰਸਕਾਰ ਕਹਿ ਸਕਦੇ ਹਾਂ ਸੈਕਿੰਡਲੀ ਅੱਜ ਕੱਲ੍ਹ ਜੋ ਜਨਰੇਸ਼ਨ ਹੈ ਅੱਗੇ ਜੋ ਮਾਡਰਨ ਸੋਸਾਇਟੀ ਹੋਈ ਜਾ ਰਹੀ ਹੈ ਅੱਜ ਕੱਲ੍ਹ ਦੀ ਓਪਰਚੁਨਿਟੀ ਜਿਸ ਤਰ੍ਹਾਂ ਹੋਈ ਜਾ ਰਹੀ ਹੈ ਫੀਲਡ ਹੀ ਉਹਨਾਂ ਲੜਕੀਆਂ ਦੀ ਹੈ ਜਿਹੜੀਆਂ ਵੈਸਟਰਨ ਮਾਡਰਨ ਨੇ ਜਾਂ ਹਾਈ ਫਾਈ ਲੈਵਲ ਦੀਆਂ ਨੇ ਅਸੀਂ ਕਦੀ ਕੋਸ਼ਿਸ਼ ਹੀ ਨਹੀਂ ਕੀਤੀ ਅਸੀਂ ਉਸ ਲੈਵਲ ਤੱਕ ਟਰਾਈ ਕਰੀਏ ਜਿੱਥੇ ਅਸੀਂ ਸਾਡੇ ਆਪਣੇ ਜੜ੍ਹਾਂ ਨੇ ਦੇਖੋ ਆਪਣੇ ਜੜ੍ਹਾਂ ਨਾਲ ਟੁੱਟ ਜਾਗੇ ਤੇ ਉੱਡਦੇ ਫਿਰਾਂਗੇ ਔਰ ਇੱਕਦਮ ਥੱਲੇ ਡਿੱਗ ਜਾਵਾਂਗੇ ਲੇਕਿਨ ਅਗਰ ਜੜ੍ਹਾਂ ਨਾਲ ਜੁੜੇ ਰਵਾਂਗੇ ਤੇ ਜਿੰਨੀ ਮਰਜ਼ੀ ਉੱਤੇ ਵੀ ਜਾਵਾਂਗੇ ਲੇਕਿਨ ਜੜ੍ਹਾਂ ਨਾਲ ਜੁੜੇ ਹੋਵਾਂਗੇ
ਜਾਂ ਸਕੂਲ ਕਾਲਜ ਵਿੱਚ ਜੋ ਅੱਜ ਕੱਲ੍ਹ ਦਾ ਕਦੀ ਗੁਰਮਤ ਨਾਲ ਜੋੜ ਕੇ ਕਦੀ ਪ੍ਰੋਗਰਾਮ ਨਹੀਂ ਹੁੰਦੇ, ਹਮੇਸ਼ਾ ਡਾਂਸ ਕੰਪੀਟੀਸ਼ਨ ਹੋਣਗੇ ਜਾਂ ਸਿੰਗਿੰਗ ਕੰਪੀਟੀਸ਼ਨ ਹੋਣਗੇ, ਲੇਕਿਨ ਗੁਰਮਤ ਦੇ ਕੰਪੀਟੀਸ਼ਨ ਕਦੀ ਨਹੀਂ ਕਰਵਾਏ ਜਾਂਦੇ, ਸਿੱਖ ਇਤਿਹਾਸ ਨਾਲ ਜੋੜਨ ਵਾਸਤੇ ਕੰਪੀਟੀਸ਼ਨ ਕਦੀ ਨਹੀਂ ਕਰਵਾਏ ਜਾਂਦੇ। ਅਸੀਂ ਕੋਸ਼ਿਸ਼ ਕਰੀਏ ਵੱਧ ਤੋਂ ਵੱਧ ਆਪਣੇ ਬੱਚਿਆਂ ਲਈ ਔਰ ਦੂਜਿਆਂ ਬੱਚਿਆਂ ਨੂੰ ਵੀ ਆਪਾਂ ਇਹ ਸਿੱਖਿਆ ਦੇ ਸਕੀਏ। ਤੇ ਗੱਲ ਕੀਤੀ ਜਾਵੇ ਤੁਹਾਡੇ ਆਉਣ ਵਾਲੇ ਪ੍ਰੋਜੈਕਟਾਂ ਦੀ, ਕਿਹੜੇ ਕਿਹੜੇ ਪ੍ਰੋਜੈਕਟ ਜਿਹੜੇ ਆ ਤੁਹਾਡੇ ਪਾਈਪਲਾਈਨ ਦੇ ਵਿੱਚ ਜਿਹੜੇ ਜਲਦ ਹੀ ਜਿਹੜੇ ਸਾਨੂੰ ਦੇਖਣ? ਹਾਂਜੀ, ਕੁਛ ਫਿਲਮਸ ਨੇ ਔਰ ਕੁਛ ਹੋਰ ਵੀ, ਮੈਂ ਵੈਸੇ ਸ਼ੋਅ ਤੇ ਨਹੀਂ ਕਰ ਪਾਵਾਂਗੀ ਹਜੇ ਪ੍ਰੋਪਰ ਸਾਰਾ ਚੰਗੀ ਤਰ੍ਹਾਂ, ਲੇਕਿਨ ਇੱਕ ਮੈਂ ਸਿੱਖ ਫੈਸ਼ਨ ਟੀਵੀ ਦੀ ਬ੍ਰਾਂਡ ਅੰਬੈਸਡਰ ਹਾਂ ਔਰ ਉਹਦੇ ਨਾਲ ਨਾਲ ਅਸੀਂ ਇੱਕ ਸਿੱਖੀ ਨੂੰ ਪ੍ਰਮੋਟ ਕਰਨ ਵਾਸਤੇ ਕੁਝ ਪ੍ਰੋਗਰਾਮ ਆਰਗਨਾਈਜ਼ ਕਰ ਰਹੇ ਹਾਂ। ਸੈਕਿੰਡਲੀ ਮੇਰੀ ਇੱਕ ਮੂਵੀ ਆ ਰਹੀ ਹੈ। ਥਰਡ, ਅਸੀਂ ਆਲਰੇਡੀ ਮੈਂ ਅੰਮ੍ਰਿਤਸਰ ਪ੍ਰਮੋਟਰ ਹਾਂ ਔਰ ਉੱਥੇ ਅਸੀਂ, ਮੈਂ ਤਾਂ ਸਿੱਖੀ ਨੂੰ ਚਲੋ ਐਜ਼ ਏ ਮਾਡਲਿੰਗ ਕੁੜੀਆਂ ਨੂੰ ਐਕਟਿੰਗ ਸਿਖਾ ਰਹੇ ਹਾਂ ਸਿੱਖੀ ਨੂੰ ਅੱਗੇ ਵਧਾਉਣ ਵਾਸਤੇ ਔਰ ਮੈਨੂੰ ਖੁਦ ਕਾਫੀ ਜ਼ਿਆਦਾ ਜਿਵੇਂ ਇੰਟਰਨੈਸ਼ਨਲ ਲੈਵਲ ਤੋਂ ਕਾਫੀ ਆਫਰਸ ਆ ਰਹੇ ਨੇ, ਐਬਰੋਡ ਵਗੈਰਾ ਤੋਂ ਆ ਰਹੇ ਨੇ, ਬਟ ਮੈਂ ਚਾਹੁੰਦੀ ਪਹਿਲਾਂ ਸ਼ੁਰੂਆਤ ਆਪਣੇ ਘਰ ਤੋਂ ਕੀਤੀ ਜਾਵੇ ਤੇ ਆਪਣੇ ਘਰ ਦੀਆਂ ਧੀਆਂ ਨੂੰ ਇਸ ਪਾਸੇ ਲਿਆ ਜਾਵੇ। ਮੈਂ ਗੱਲ ਕੀਤੀ ਜਾਵੇ ਤੁਹਾਡੀ ਫੈਮਿਲੀ ਦੀ, ਫੈਮਿਲੀ ਚ ਕੌਣ ਕੌਣ ਨੇ? ਮੇਰੀ ਫੈਮਿਲੀ ਚ ਮੇਰੇ ਦੋ ਬੱਚੇ ਨੇ, ਇੱਕ ਬੇਟਾ ਇੱਕ ਬੇਟੀ ਹੈ ਔਰ ਮੇਰੇ ਹਸਬੈਂਡ ਨੇ। ਸੈਕਿੰਡਲੀ ਮੇਰੇ ਆਪਣੇ ਪੇਰੈਂਟਸ ਜਿਹੜੇ ਹੈ ਉਹਨਾਂ ਦਾ ਬੜਾ ਯੋਗਦਾਨ ਹੈ ਮੈਨੂੰ ਇਸ ਪਾਸੇ ਪਾਉਣ ਵਾਸਤੇ ਔਰ ਮੇਰੇ ਬੇਟਾ ਬੇਟੀ ਹੈ ਬਹੁਤ ਪਿਆਰੇ, ਉਹ ਵੀ ਗੁਰਸਿੱਖੀ ਨਾਲ ਜੁੜੇ ਹੋਏ ਨੇ। ਮੇਰਾ ਵਾਹਿਗੁਰੂ ਦੀ ਕਿਰਪਾ ਨਾਲ ਪੂਰਾ ਪਰਿਵਾਰ ਗੁਰਸਿੱਖੀ ਨਾਲ ਜੁੜਿਆ ਹੋਇਆ ਹੈ ਜੀ। ਧੰਨਵਾਦ ਜੀ, ਧੰਨਵਾਦ ਜੀ, ਬਹੁਤ ਬਹੁਤ।